दस लाख रुपया सेंटर ही दे चुके हैं, 50,000 रुपया हर महीने का लेंदे आ। 3 महीने सेंटर च रहिंदा सी, 10 दिन घर रहिंदा। कोई सानू गलियां नालियां नहीं चाहीदियां, कोई विकास नहीं चाहीदा, बस नशा बंद होना चाहीदा। रोंदी हुई मां ते विलकदियां भैणां घर दे उस चिराग नूं आवाज़ मार रहियां ने, जो चिट्टे नामी दैन दे कारण बुझ गया। पुत नूं याद करदी मां दे हंझू उस प्रशासन नूं लाण तां जरूर पा रहे होणगे, जो प्रशासन चिट्टे नूं खत्म करन दा दावा करदा है। खेमकरन दे पिंड घरेयाली दासूवाल दा रहण वाला पिप्पल सिंह 3 भैणां दा इक लौता भरा सी अते चिट्टे दा आदी सी। परिवार ने नशा छड़ाऊ केंद्र विच भेज पिप्पल सिंह दा नशा छड़ाउण दी कोशिश कीती, पर पिप्पल घर आ के फिर नशा करन लग जांदा। मौत तों कुछ घंटे पहलां भी पिप्पल नशा छड़ाऊ केंद्र तों ही आया सी अते नशा वेचण वालियां दे घर ही नशे दा टीका ला लिया, जिस तों बाद ओह बेहोश हो गया अते प्राइवेट हस्पताल दे विच दाखल करवाया, पर उत्थे उसकी मौत हो गई। सरकार दे नशा बंद करन वाले वादे ते जद गल कीती गई तां पिप्पल सिंह दी मां ने रोंदिया कहा कि मेरा तां घर उजड़ गया, हुण सरकारां ने की नशा बंद करना है। पंजाब दे विच नशे दे आउंदे रोजाना दे मामले पुलिस प्रशासन नूं सवालां दे घेरे विच लिया खड़ा कर दिंदे ने। इस संबंधी जद सिटी पुलिस ते ASI सलविंदर सिंह नाल गल करन दी कोशिश कीती गई तां उन्हां कैमरे अगे आउण तों साफ इनकार कर दिता अते कहा कि मामला दर्ज कर लिया गया है। की लगदे जिहड़े उहनां दी डैथ होई टीका लगे? मेरा बेटा। की नां की उहनां दा? पिप्पल सिंह। की गल होई आ? टीका लगदे। किदां लाया टीका उहनां ने? कल लाया, बाद च लड़ गया। उस तो बाद इत्थे हॉस्पिटल आए थे? कल जो आए शामा दे रात 1 बजे घरे गए। की मांग करदे जो नशा बंद होना चाहिए? फिर बाबा नशा बंद हो जाना, फिर मेरा घर तो लुटिया गया नशे नाल। ਕਿਹੜੇ ਪਿੰਡ? ਘਰਿਆਲੀ ਦਸਵਾਲ ਵਾਲੀ ਜਿੱਥੇ ਪੰਜਣੀ। ਮੇਰੇ ਚਾਚੇ ਦਾ ਲੜਕਾ ਜੀ ਪਿੱਪਲ ਸਿੰਘ, ਵਾਸੀ ਘਰਿਆਲੀ ਦਸਵਾਲ ਗਾ। ਹਾਂਜੀ। ਇਹਦੇ ਰਾਤ ਨਸ਼ੇ ਦਾ ਟੀਕਾ ਲਾਇਆ ਜੀ, ਇੱਥੋਂ ਪੱਟੀਆਂ ਖਰੀਦਿਆ ਧਾਰੂਲੀ ਬਸਤੀ 'ਚੋਂ। ਅੱਛਾ ਜੀ। ਜਿਨ੍ਹਾਂ ਦੇ ਘਰੋਂ ਖਰੀਦਿਆ ਉਹਨਾਂ ਦੇ ਉੱਥੇ ਲਾਇਆ ਟੀਕਾ, ਅਤੇ ਉੱਥੇ ਮੌਕੇ 'ਤੇ ਡੈਥ ਹੋ ਗਈ। ਇੱਥੇ ਪੱਟੀ? ਹਾਂ ਪੱਟੀ। ਇੰਜੈਕਸ਼ਨ ਕਿੱਥੇ ਲਾਉਂਦੇ? ਪੱਟੀ ਧਾਰੂਵਾਲੀ ਬਸਤੀ 12 ਵਾਰਡ 'ਚ। ਅੱਛਾ। ਬਾਹੂ ਆ ਮੁੰਡਾ ਉਹਦੇ ਘਰ, ਇੱਕ ਸਾਡੇ ਪਿੰਡ ਦਾ ਨਾਲ ਸੇਵਕ ਆ ਮੁੰਡਾ, ਉਹ ਵੀ ਇਹਦੇ ਨਾਲ ਹੀ, ਉਹ ਉੱਥੋਂ ਮੁੜ ਕੇ ਮੌਕੇ ਤੋਂ ਫਰਾਰ ਹੋ ਗਿਆ। ਕਿੰਨੀ ਦੇਰ ਤੋਂ ਇੱਥੇ ਪੱਟੀ 'ਤੇ ਨਸ਼ਾ ਵਿਕਦੇ ਵਿਕਦਾ? ਸਾਡੇ ਪਿੰਡ ਵੀ ਬਹੁਤ ਨਸ਼ਾ ਵਿਕਦਾ, ਇੱਕ ਦੋ ਵਾਰੀ ਸ਼ਿਕਾਇਤਾਂ ਵੀ ਪਾਈਆਂ, ਪਰ ਕੋਈ ਕਾਰਵਾਈ ਨਹੀਂ ਪੁਲਿਸ ਨੇ ਕੀਤੀ। ਕਿੰਨੀ ਦੇਰ ਤੋਂ ਨਸ਼ਾ ਲੈਂਦੇ? ਨਸ਼ਾ ਇਹ ਕਾਫੀ ਦੇਰ ਦਾ ਲੈਂਦਾ, ਬਟ ਇਹ ਹੁਣ ਸੈਂਟਰ ਦੇ ਵਿੱਚ ਹੀ 1.5 ਮਹੀਨਾ। ਕਿਹੜੇ ਸੈਂਟਰ ਜੀ? ਪੱਟੀ ਆਸਲ ਸੈਂਟਰ ਜਿਹੜਾ ਨਵਾਂ ਸੇਰਾ, 22 ਤਰੀਕ ਨੂੰ ਉੱਥੋਂ ਲੈ ਕੇ ਆਉਂਦਾ ਰਾਤ। ਇਹੋ ਮੁੰਡੇ ਦੋਵੇਂ ਜਿਹੜੇ ਨਾਲ ਗਏ ਲੈਣ, ਇਹ ਵੀ ਸੈਂਟਰ 'ਚ ਹੀ, ਉੱਥੋਂ ਸੈਂਟਰ 'ਚੋਂ ਆਏ ਆ। ਇਹਨਾਂ ਆ ਕੇ ਮਾਤਾ ਨੂੰ ਕਿਹਾ ਵਾ, ਬੇਦੀ ਮੁੰਡੇ ਦੀ ਮਾਤਾ ਨੂੰ ਕਿਹਾ ਵਾ ਵੀ ਸੈਂਟਰ 'ਚ ਤਾਂ ਮੁੰਡੇ ਨੂੰ ਬਹੁਤ ਤੰਗ ਕਰਦੇ, ਕੁੱਟਮਾਰ ਕਰਦੇ ਆ, ਉਹਨੂੰ ਜਾ ਕੇ ਲਿਓ। ਇਹ ਨਾਲ ਗਏ ਲੈਣ, ਅਤੇ ਉਹ ਜਦੋਂ ਤੋਂ ਲੈ ਕੇ ਆਏ 22 ਤਰੀਕ ਨੂੰ, ਉਦੋਂ ਦਾ ਹੀ ਇਹ ਮੁੰਡਾ ਇਹਨਾਂ ਦੇ ਨਾਲ ਹੀ ਆ, ਅਤੇ ਉਦੋਂ ਦਾ ਹੀ ਇਹ ਨਾਲ ਲਈ ਫਿਰਦੇ ਆ। ਜਦੋਂ ਇੰਜੈਕਸ਼ਨ ਲਾ ਕੇ ਡੈਥ ਹੋ ਗਈ ਆ, ਉਦੋਂ ਇਹਨਾਂ ਫੋਨ ਕੀਤਾ ਵਾ ਸੇਵਕ ਵਾਲੇ ਫੋਨ ਤੋਂ ਵੀ ਇਹ ਪਿੱਪਲ ਨੂੰ ਜਿਹੜਾ ਉਹ ਟੀਕਾ ਲੜ ਗਿਆ ਵਾ। ਇਹਨਾਂ ਨੇ ਮੈਨੂੰ ਫੋਨ ਕੀਤਾ, ਮੈਂ ਇੱਥੇ ਪੱਟੀ ਰਹਿੰਦਾ, ਮੈਂ ਮੌਕੇ 'ਤੇ ਗਿਆ ਸੰਧੂ ਹੋਸਪਿਟਲ, ਉੱਥੇ ਫਿਰ ਜਦੋਂ ਜਾ ਕੇ ਵੇਖਿਆ ਜਾਂ ਇੰਜੈਕਸ਼ਨ ਲੱਗਾ, ਉਸ ਤੋਂ ਬਾਅਦ ਕਿੱਥੇ ਦਾਖਲ ਕਰਾਇਆ? ਇਹਨਾਂ ਨੇ ਮੁੜ ਕੇ ਚੁੱਕ ਕੇ ਇਹਨਾਂ ਦੋ ਮੁੰਡਿਆਂ ਨੇ ਖੜਿਆ ਵਾ ਉੱਥੇ ਸੰਧੂ ਹੋਸਪਿਟਲ ਪੱਟੀ। ਉਹ ਜਦੋਂ ਮੈਨੂੰ ਪਤਾ ਲੱਗਾ, ਮੈਂ ਜਿੰਨੇ ਦੇਰ ਨੂੰ ਗਿਆ ਵਾ ਜਾਂਦੇ ਨੂੰ ਡੈਡ ਸੀ। ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ? ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਜੀ, ਇਹ ਦੇਖੋ ਹੁਣ ਜਾਣ ਵਾਲਾ ਚਲੇ ਗਿਆ, ਜਿਹੜੀ ਨਸ਼ੇ 'ਤੇ ਲਗਾਮ ਲੱਗਣੀ ਚਾਹੀਦੀ ਹੈ, ਇਹ 'ਚ ਕੋਈ ਦੋ ਰਾਇਆਂ ਨਹੀਂ ਗੀਆਂ। ਨਸ਼ਾ ਫੁੱਲ ਵਿਕਦਾ ਜੀ,
ਪੱਟੀ 'ਚ ਵੀ ਵਿਕਦਾ, ਪਿੰਡਾਂ 'ਚ ਵੀ ਆਸ ਪਾਸ ਵੀ ਵਿਕਦਾ ਵਾ, ਜਿੱਥੋਂ ਕੋਈ ਮਰਜ਼ੀ ਲੈ ਲਏ। ਨਸ਼ਾ ਕੋਈ ਬੰਦ ਨਹੀਂ ਹੋਇਆ। ਮੇਰੀ ਹੱਥ ਬੰਨ ਕੇ ਸਰਕਾਰਾਂ ਨੂੰ ਇਹੋ ਬੇਨਤੀ ਆ, ਜਿਹੜੀ ਵੀ ਸਰਕਾਰ ਆਉਣ ਵਾਲੇ ਸਮੇਂ 'ਚ ਆਉਂਦੀ ਆ, ਆਹ 10 ਤਰੀਕ ਤੋਂ ਬਾਅਦ, ਮਤਲਬ ਕਿ ਗਲੀਆਂ ਨਾਲੀਆਂ ਨੂੰ ਛੱਡ ਦੇਣ। ਕੋਈ ਭਾਵੇਂ ਬੇਸ਼ੱਕ ਵਿਕਾਸ ਨਾ ਕਰਾਉਣ, ਕੋਈ ਸਾਨੂੰ ਗਲੀਆਂ ਨਾਲੀਆਂ ਨਹੀਂ ਚਾਹੀਦੀਆਂ, ਕੋਈ ਵਿਕਾਸ ਨਹੀਂ ਚਾਹੀਦਾ, ਬਸ ਨਸ਼ਾ ਬੰਦ ਹੋਣਾ ਚਾਹੀਦਾ। ਜਿੱਥੇ ਜਿੱਥੇ ਵੀ ਸਾਰਾ ਪਤਾ ਪ੍ਰਸ਼ਾਸਨ ਨੂੰ, ਪੁਲਿਸ ਨੂੰ ਪਤਾ ਨਸ਼ਾ ਕਿੱਥੇ ਕਿੱਥੇ ਵਿਕਦਾ। ਪੁਲਿਸ ਕੀ ਕਰਦੀ ਹੈ, ਕਹਿੰਦੀ ਤੁਸੀਂ ਦੱਸੋ ਆਣ ਕੇ ਕਿਹੜਾ ਬੰਦਾ ਨਸ਼ਾ ਵੇਚਦਾ। ਜੇ ਦੱਸੀਦਾ ਵੀ ਆ, ਉਹ ਅੱਗੇ ਮੈਂ 2-3 ਵਾਰੀ ਸ਼ਿਕਾਇਤ ਵੀ ਪਾਈ ਸੀ, SHO ਲੱਗੇ ਸੀ ਇੱਥੇ ਹਰਪ੍ਰੀਤ ਮੋੜ ਦੇ, ਇੱਕ ਦਾ ਦਿਨ ਹੀ ਉਹਨਾਂ ਨੇ ਫੋਨ ਫਾਨ ਕੀਤਾ, ਉਹ ਰੇਡ ਕੀਤਾ, ਅਤੇ ਮੁੜ ਕੇ ਬਸ ਉਹ ਉੱਦਾਂ ਹੀ 440 ਰਿਹਾ ਕੰਮ। ਕੋਈ ਉਹ ਬੰਦ ਨਹੀਂ ਆ, ਅੱਜ ਵੀ ਮੰਡੇ ਵੇਚਣ ਡਿਆ, ਜਦੋਂ ਮਰਜ਼ੀ ਜਾ ਕੇ ਲੈ ਲਓ। ਸਾਡੇ ਪਿੰਡੋਂ ਵਾਧੂ ਮਿਲ ਰਿਹਾ ਲਾਗੋ। ਤੁਹਾਡਾ ਪਿੰਡ 43-10 ਵਾਲੀਆਂ ਕੌਣ ਵੇਚਦਾ? ਇਹ ਕਿੰਨੇ ਪਤਾ ਸੀ ਸਾਰਿਆਂ ਨੂੰ? ਇਹ ਕਿੰਨੇ ਭੈਣ ਭਰਾ ਆ ਜੀ? ਇਹ 3 ਭੈਣਾਂ ਸੀ ਇਹਦੀਆਂ, ਅਤੇ ਇਕੱਲਾ ਹੀ ਇਹ ਬ੍ਰਦਰ ਸੀਗਾ। ਇੱਕ ਜਿਹੜੀ ਸਿਸਟਰ ਆ ਉਹ ਮੈਰਿਡ ਆ, 2 ਸਿਸਟਰ ਛੋਟੀ ਨੇ। ਇਹਦੀ ਕਿੰਨੀ ਕੁ ਉਮਰ ਆ? ਹੋਰ ਕਰੀਬ ਹੋਊਗੀ 21-22 ਸਾਲ। ਕਿੰਨੀ ਦੇਰ ਤੋਂ ਇਹ ਨਸ਼ਾ? ਨਸ਼ਾ ਇਹਨੂੰ 4 ਸਾਲ ਤਕਰੀਬਨ ਹੋ ਗਏ ਆ ਨਸ਼ਾ ਕਰਦੇ ਨੂੰ, 4-5 ਸਾਲ ਹੋ ਗਏ ਆ ਨਸ਼ਾ ਕਰਦੇ। ਛੋਟੀ ਉਮਰ ਤੋਂ ਇਹ ਲੱਗਾ ਸੀਗਾ, ਕਾਫੀ ਵਾਰੀ ਸੈਂਟਰਾਂ 'ਚ ਆਉਂਦੇ ਰਹੇ, ਜਦੋਂ ਵੀ ਸੈਂਟਰ 'ਚੋਂ ਲੈ ਕੇ ਆਉਂਦੇ ਰਹੇ। ਮੇਰੇ ਪੱਟੀ ਤੋਂ ਇਲਾਵਾ ਹੋਰ ਕਿਤੇ ਵੀ ਸੈਂਟਰ ਦੇ ਵਿੱਚ ਇਹਨਾਂ ਨੂੰ? ਹਾਂ, ਪੱਟੀ ਤੋਂ ਇਲਾਵਾ ਇੱਕ ਸੈਂਟਰ ਇੱਧਰ ਕੇ ਹਿਮਾਚਲ 'ਚ ਭੇਜਿਆ ਸੀ ਇੱਕ ਵਾਰ, ਉਹ ਰਿਹਾ ਫਿਰ ਇੱਥੇ ਜ਼ਿਆਦਾਤਰ ਤਾਂ ਪੱਟੀ ਰਿਹਾ। ਕਰੀਬ ਕਰੀਬ 10 ਲੱਖ ਰੁਪਈਆ ਦੇ ਸੈਂਟਰਾਂ ਹੀ ਦੇ ਚੁੱਕੇ ਹਾਂ, 50,000 ਰੁਪਈਆ ਹਰ ਮਹੀਨੇ ਦਾ ਲੈਂਦੇ ਆ ਉਹ। ਤੁਸੀਂ ਲਾ ਲਓ ਵੀ 3 ਮਹੀਨੇ ਸੈਂਟਰ 'ਚ ਰਹਿੰਦਾ ਸੀ, 10 ਦਿਨ ਘਰ ਰਹਿੰਦਾ, 3 ਮਹੀਨੇ ਸੈਂਟਰ ਸੀ, 10 ਮਹੀਨੇ ਘਰ। ਕੋਈ ਉਹਦਾ ਮਿਲਿਆ ਨਹੀਂ ਉਹਦਾ ਕੋਈ ਫਾਇਦਾ ਕੋਈ ਸੈਂਟਰ ਦੇ ਵਿੱਚ? ਇਹਨੂੰ ਸੈਂਟਰ ਦੇ ਵਿੱਚ ਤੁਸੀਂ ਵੇਖ ਲਓ, 22 ਤਰੀਕ ਨੂੰ ਲਿਆਂਦਾ ਵਾ, ਅਤੇ 22 ਤਰੀਕ 4 ਵਜੇ ਲਿਆਂਦਾ ਸੀ, 4 ਵਜੇ ਲਿਆਂਦਾ, 5 ਵਜੇ ਨਸ਼ਾ ਕਰ ਲਿਆ ਉਹਨੇ। ਕਿੰਨੇ ਪੈਸੇ ਲਏ ਉਹਨਾਂ? 45,000 ਰੁਪਇਆ ਲਿਆ, 1 ਮਹੀਨਾ 16 ਦਿਨਾਂ ਦਾ। ਅਤੇ ਤੁਸੀਂ ਇਲਾਜ ਕੋਈ ਨਹੀਂ ਉੱਥੇ ਹੋਇਆ, ਮਤਲਬ ਕਿ 4 ਵਜੇ ਲਿਆਂਦਾ ਅਤੇ ਆਉਂਦਿਆਂ ਹੀ ਉਹਨੇ ਨਸ਼ਾ ਕਰ ਲਿਆ 5 ਵਜੇ। ਸੈਂਟਰ ਦੇ ਵਿੱਚ ਸਿਰਫ ਬੰਨ ਕੇ ਰੱਖਣ ਵਾਲੀ ਗੱਲ, ਇਲਾਜ ਕੋਈ ਨਹੀਂ ਹੈਗਾ। ਹੈਲੋ ਹੈਲੋ, ਹਾਂਜੀ, ASI ਸਲਵਿੰਦਰ ਸਿੰਘ ਜੀ? ਜੀ ਜੀ, ਇਹ ਮੈਂ ਬਲਜੀਤ ਸਿੰਘ ਬੋਲਦਾ, ਪੱਤਰਕਾਰ ਜੀ। ਹਾਂਜੀ ਹਾਂਜੀ ਸਰ, ਉਹ ਜਿਹੜਾ ਮੁੰਡਾ ਮਰਿਆ ਘਰਿਆਲੀ ਦਾ, ਸੋਲ ਦਾ ਟੀਕਾ ਲਾ ਗਿਆ ਅੱਜ ਪੱਟੀ, ਹਾਂਜੀ, ਉਸ ਸੰਬੰਧੀ ਜਾਣਕਾਰੀ ਲੈਣੀ ਕਿ ਕੀ ਕਾਰਵਾਈ ਕੀਤੀ ਹੈ ਜੀ? ਪਰਚਾ ਦਿੱਤਾ ਉਹ ਲੈ ਲਓ, 8,000 ਥਾਣਿਓ। ਅੱਛਾ, ਪਰਚਾ ਦੇ ਦਿੱਤਾ ਹੈ, ਕਿਹਦੇ ਕਿਹਦੇ ਤੋਂ ਦਿੱਤਾ ਜੀ? ਉਹ 8,000 ਲੈ ਲਓ ਥਾਣੇ ਤੋਂ, ਤੁਹਾਨੂੰ ਪਤਾ ਲੱਗਣਾ ਮੈਂ ਇੱਕ ਹਾਈ ਕੋਰਟ ਦੇ ਮੈਟਰ 'ਚ ਦੀ। ਠੀਕ ਹੈ ਜੀ।